ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ। ਅਸੀਂ ਹੁਣੇ ਤੂਫਾਨ ਸਿੰਘ ਮੂਵੀ ਦੇਖੀ ਹੈ। ਬਹੁਤ ਅੱਛੀ ਇੱਕ ਐਫਰਟ ਹੈ ਕੌਮ ਨੂੰ ਜਗਾਉਣ ਦੀ, ਕਿਉਂਕਿ ਸਾਡੇ ਜਿਹੜੇ ਬੱਚੇ ਹੈ ਗਾਂ ਪੋਤੇ ਪੋਤੀਆਂ ਉਹਨਾਂ ਨੂੰ ਤਾਂ ਬਿਲਕੁਲ ਕੋਈ ਕਲੂ ਹੀ ਨਹੀਂ ਹੈ, ਆਈਡੀਆ ਹੀ ਨਹੀਂ ਹੈ ਕਿ ਕੀ ਉੱਥੇ ਫਰੀਡਮ ਫਾਈਟਰ। ਮੈਂ ਇਹਨਾਂ ਨੂੰ ਕਹਾਂਗੀ ਕਿ ਫਰੀਡਮ ਫਾਈਟਰ ਮੂਵੀ ਹੈ। ਅਸੀਂ ਗੁਰਦੁਆਰਾ ਮਿਡਲ ਟਾਊਨ ਵਿਖੇ ਹੁਣੇ ਹੀ ਮੂਵੀ ਤੂਫਾਨ ਸਿੰਘ ਮੂਵੀ ਜੋ ਇੰਡੀਆ ਦੇ ਵਿੱਚ ਬੈਨ ਕੀਤੀ ਹੈ, ਇੱਥੇ ਅਮੈਰੀਕਾ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਸੰਗਤ ਵੱਲੋਂ ਬੜੇ ਉਤਸ਼ਾਹ ਦੇ ਨਾਲ ਦੇਖੀ ਜਾ ਰਹੀ ਹੈ ਔਰ ਬੜੀ ਦੇਖਣਯੋਗ ਮੂਵੀ ਹੈ ਆਉਣ ਵਾਲੀ ਜਨਰੇਸ਼ਨ ਦੇ ਵਾਸਤੇ, ਦੱਸਣ ਵਾਸਤੇ ਕਿ ਕੀ ਕੁਛ ਪੰਜਾਬ ਦੇ ਵਿੱਚ ਸਿੱਖ ਕੌਮ ਦੇ ਨਾਲ ਜੈਨੋਸਾਈਡ ਕਿਵੇਂ ਹੋਈ। ਅਪੀਲ ਕਰਾਂਗੇ ਸਾਰਿਆਂ ਨੂੰ ਕਿ ਵੱਧ ਤੋਂ ਵੱਧ ਮੂਵੀ ਦੇਖੋ ਅਤੇ ਆਪਣੇ ਬੱਚਿਆਂ ਨੂੰ ਦਿਖਾਓ ਕਿ ਇਤਿਹਾਸ ਬਾਰੇ ਪਤਾ ਲੱਗੇ। ਜੋ ਮੂਵੀ ਦੇਖੀ ਬਹੁਤ ਹੀ ਅੱਛਾ ਲੱਗਿਆ, ਸਾਡਾ ਪੁਰਾਣਾ ਦੇਖ ਕੇ ਸਾਨੂੰ ਕੁਛ ਪਤਾ ਨਹੀਂ ਸੀ, ਵੈਰੀ ਫੀਲ ਸੈਡ, ਕਰਾਈ ਕਰਦੇ ਸੀ, ਰੂੰਗਤੇ ਖੜ੍ਹੇ ਹੁੰਦੇ ਸੀ, ਬਹੁਤ ਹੀ ਜੋ ਹੋਈਆਂ ਸਾਡੇ ਸਿੰਘਾਂ ਨਾਲ ਦੇਖ ਕੇ ਬਹੁਤ ਹੀ ਬੁਰਾ ਲੱਗਦਾ ਜੀ। ਅਸੀਂ ਚਾਹੁੰਦੇ ਹਾਂ ਵੀ ਇੰਡੀਆ ਵਿੱਚ ਮੂਵੀ ਰਿਲੀਜ਼ ਕੀਤੀ ਜਾਵੇ ਅਤੇ ਸਾਰਿਆਂ ਨੂੰ ਦਿਖਾਈ ਜਾਵੇ। ਥੈਂਕ ਯੂ। ਅੱਜ ਅਸੀਂ ਜੋ ਤੂਫਾਨ ਸਿੰਘ ਮੂਵੀ ਦੇਖੀ, ਦੇਖ ਕੇ ਸਾਡੇ ਅੱਖਾਂ ਖੁੱਲ ਜਾਂਦੀਆਂ ਕਿ ਸਾਡੇ ਪਿਛਲੇ ਸਮੇਂ ਨਾਲ ਕਿੱਦਾਂ ਸਾਡੀ ਕੌਮ ਨਾਲ ਧੱਕਾ ਹੋਇਆ, ਉਹਨਾਂ ਨੂੰ ਆਤੰਕਵਾਦ ਦਾ ਨਾਮ ਦੇ ਕੇ ਕਿੱਦਾਂ ਇੰਡੀਆ ਦੀ ਗਵਰਨਮੈਂਟ ਨੇ ਉਹਨਾਂ ਨੂੰ ਪਿੱਛੇ ਪਛਾੜ ਦਿੱਤਾ। ਇਹ ਜੋ ਪੰਜਾਬ ਵਿੱਚ ਬੈਨ ਕੀਤੀ ਹੈ, ਬੈਨ ਨਹੀਂ ਕਰਨੀ ਚਾਹੀਦੀ ਸੀ, ਤਾਂ ਕਿ ਆਪਣੇ ਪੰਜਾਬ ਦੇ ਬੱਚਿਆਂ ਨੂੰ, ਜਵਾਨਾਂ ਨੂੰ, ਸਾਰਿਆਂ ਨੂੰ ਪਤਾ ਲੱਗੇ ਕਿ ਆਪਣਾ ਸਿੱਖ ਇਤਿਹਾਸ ਕਿੱਦਾਂ ਦਾ ਸੀਗਾ। ਅੱਜ ਮੂਵੀ ਦੇਖ ਕੇ ਸਾਨੂੰ ਕਈ ਗੱਲਾਂ ਦਾ ਚਾਨਣ ਹੋਇਆ ਕਿ ਹਾਂ, ਸਾਡੇ ਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ, ਸਾਡੇ ਬੱਚਿਆਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਆਪਣੇ ਸਿੱਖ ਇਤਿਹਾਸ ਵਿੱਚ ਤੂਫਾਨ ਸਿੰਘ ਦੇ ਨਾਮ ਦਾ ਵੀ ਕੋਈ ਹੈਗਾ ਸੀ। ਅੱਜ ਉਹ ਮੂਵੀ ਦੇਖ ਕੇ ਸਾਨੂੰ ਪਤਾ ਲੱਗੇ ਕਿ ਹਾਂ, ਤੂਫਾਨ ਸਿੰਘ ਸੀ, ਉਹਨਾਂ ਦੇ ਮਾਂ ਪਿਓ, ਉਹਨਾਂ ਦੀ ਵਾਈਫ, ਉਹਨਾਂ ਦੀ ਸਿਸਟਰ, ਉਹਨਾਂ ਉੱਪਰ ਕੀ ਲਿਖੀ ਹੋਈ। ਉਹਨੂੰ ਬਹੁਤ ਜ਼ਿਆਦਾ ਅੱਗੇ ਹੌਸਲਾ ਮਿਲਦਾ ਆਪਣੇ ਬੱਚਿਆਂ ਨੂੰ ਦੱਸੀਏ ਕਿੰਨਾ ਸਾਡਾ ਇਤਿਹਾਸ ਸੀ, ਪੁਰਾਣਾ ਵੀ ਅਤੇ ਨਵਾਂ ਵੀ, ਬੱਚੇ ਵੀ ਬਹੁਤ ਕੁਛ ਸਿੱਖ ਸਕਦੇ ਹਨ। ਸਾਨੂੰ ਦੇਖ ਕੇ ਮਾਹੌਲ ਬੜਾ ਸਕੂਨ ਮਿਲਦਾ। ਭਾਈ ਸਾਹਿਬ ਜੀ ਨੇ ਬੜੀ ਮਿਹਨਤ ਕਰਕੇ ਬਣਾਈ ਹੋਈ ਹੈ, ਬਹੁਤ ਹੀ ਕੁਝ ਉਹਦੇ ਤੋਂ ਸਾਨੂੰ ਜਿਹੜਾ ਸੀ ਸੁਣਿਆ ਸੀ ਅੱਜ ਤੱਕ ਵੇਖਿਆ ਰਮਾਇਆ ਗਿਆ। ਸੰਗਤ ਜੀ, ਅੱਜ ਤੂਫਾਨ ਸਿੰਘ ਮੂਵੀ ਦੇਖੀ ਹੈ, ਮਾਇੰਡ ਬਲੋਇੰਗ ਸ਼ਬਦ ਨਹੀਂ ਹੈਗੇ। ਜਿਵੇਂ ਸਾਡੇ ਗੁਰੂ ਘਰ ਪੁਰਾਣੇ ਸਾਡੇ ਇਤਿਹਾਸ ਦੀਆਂ ਫੋਟੋਆਂ ਲੱਗੀਆਂ ਹੋਈਆਂ, ਜਦੋਂ ਵੀ ਆਈਦਾ ਵਾ ਇਤਿਹਾਸ ਫਰੈਸ਼ ਹੋ ਜਾਂਦਾ, ਪਰ ਨਵਾਂ ਇਤਿਹਾਸ, ਕਿਆ ਬਾਤ ਹੈ। ਥੈਂਕ ਯੂ ਟੂ ਦ ਟੀਮ ਆਫ ਤੂਫਾਨ ਸਿੰਘ, ਇੰਨੀ ਵਧੀਆ ਮੂਵੀ ਬਣਾਈ। ਐਟ ਦਾ ਲਾਸਟ ਦੋ ਤਿੰਨ ਸ਼ਬਦ ਕਹਿ ਕੇ ਜਾਵਾਂਗਾ, ਇਹ ਜਿਹੜੀ ਮੂਵੀ ਹੈ ਭਾਵੇਂ ਇੰਡੀਆ 'ਚ ਨਹੀਂ ਦਿਖਾਈ ਗਈ, ਡਜ਼ਨਟ ਮੈਟਰ, ਆਪਾਂ ਬਾਹਰਲੀਆਂ ਕੰਟਰੀਆਂ 'ਚ ਬੈਠੇ ਹੋਏ ਹਾਂ, ਇਸ ਮੂਵੀ ਨੂੰ ਜਿੰਨਾ ਸੋਸ਼ਲ ਮੀਡੀਆ ਹੈਗਾ, ਵਟਸਐਪ, ਫੇਸਬੁੱਕ, ਯੂਟਿਊਬ, ਆਪਣੇ ਕਮੈਂਟਸ ਪਾ ਕੇ ਇਸ ਹਾਈ ਲੈਵਲ 'ਤੇ ਹਾਈਲਾਈਟ ਕਰੋ ਕਿ ਇਟਸ ਵਰਥ ਟੂ ਵਾਚ। ਇੱਥੋਂ ਆਪਣੀ ਆਵਾਜ਼ ਉਠਾਈਏ, ਇੱਥੋਂ ਆਵਾਜ਼ ਉਠਾਈਏ। ਅਤੇ ਗੌਰਮੈਂਟ ਦੀ ਜੋ ਇਹ ਚਾਲ ਹੋਣ ਕਰਕੇ ਕਾਮਯਾਬ ਨਹੀਂ ਹੋਣ ਦਿੱਤੀ ਗਈ, ਬਾਹਰ ਸੰਗਤ ਬਹੁਤ ਸਪੋਰਟ ਕਰ ਰਹੀ ਹੈ। ਅਪੀਲ ਕਰਾਂਗੇ ਕਿ ਪੰਜਾਬ ਦੇ ਵਿੱਚ ਵੀ ਇਹ ਮੂਵੀ ਦੇਖਣ ਦੇ ਲਈ ਇਜਾਜ਼ਤ ਦਿੱਤੀ ਜਾਵੇ। ਕਰਾਂਗੇ, ਮੂਵੀ ਜ਼ਰੂਰ ਦੇਖੋ, ਆਪਣੇ ਬੱਚਿਆਂ ਨੂੰ ਦਿਖਾਓ, ਬਸ ਆਹ ਮੂਵੀ ਸਾਰਿਆਂ ਨੂੰ ਜ਼ਰੂਰ ਦੇਖਣਾ। ਸੋ ਸਤ ਸੰਗਤ, ਆਪ ਸਾਰੀ ਸਤ ਸੰਗਤ ਨੂੰ ਬੇਨਤੀ ਕਿ ਬਹੁਤ ਹੀ ਅੱਛੀ ਮੂਵੀ ਬਣੀ ਹੋਈ ਹੈ, ਸਾਰੇ ਹੀ ਪਰਿਵਾਰਾਂ ਸਮੇਤ ਇਹ ਵੇਖਣ ਜਾਓ, ਇਹ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।